ਅਸਲਾਮੁ ਅਲੈਕੁਮ, ਮੈਂ ਜੀ ਮੁਹੰਮਦ ਸੁਲਤਾਨ, ਤੁਸੀਂ ਮੇਰੇ ਚੈਨਲ ਵੇਖਦੇ ਪਏ ਹੋ ਚੰਗਾ ਪੇਂਡੂ। ਅਤੇ ਅੱਜ ਅਸੀਂ ਸਰੋਂ ਕੱਢਦੇ ਪਏ ਹਾਂ, ਭਰਾ ਮੇਰੇ ਸਰੋਂ 'ਤੇ ਲੱਗੇ ਹੋਏ ਨੇ, ਚੁੱਕ ਚੁੱਕ ਕੇ ਬਾਹਰ ਲਿਜਾ ਰਹੇ ਨੇ, ਬਾਹਰ ਸਾਡੀ ਥ੍ਰੈਸ਼ਰ ਲੱਗੀ ਹੋਈ ਆ, ਅਤੇ ਚੁੱਕ ਚੁੱਕ ਕੇ ਲਿਜਾਉਂਦੇ ਪਏ ਹਾਂ। ਮੈਂ ਅੱਜ ਤੁਹਾਨੂੰ ਉਹੀ ਵਿਖਾਉਣ ਲੱਗਾ, ਚਲੋ ਜੀ ਹੁਣ ਤੁਹਾਨੂੰ ਵਿਖਾਉਂਦੇ ਪਏ। ਅਤੇ ਇੱਥੇ ਸਾਡੀ ਆਹ ਸਰੋਂ ਪਈ ਸੀ, ਆਹ ਭਰਾ ਚੁੱਕਦੇ ਪਏ ਨੇ ਦੋ ਜਣੇ, ਅਤੇ ਇੱਕ ਜਣਾ ਬਾਹਰ ਉੱਥੇ ਥ੍ਰੈਸ਼ਰ ਦੇ ਵਿੱਚ ਸਿੱਟਣ ਦਿਆ ਆ। ਇੱਥੇ ਆ ਸਾਰੀ ਸਰੋਂ ਪਈ ਸੀ ਸਾਡੀ, ਅਤੇ ਇਹਦੇ ਉਦੋਂ ਪੰਡਾ ਪਾ ਪਾ ਕੇ ਘਰ ਲੈ ਉੱਧਰ ਲੈ ਕੇ ਜਾਣ ਦਾ ਘਰੋਂ ਚੁੱਕ ਚੁੱਕ ਕੇ, ਅਸੀਂ ਘਰ ਹੀ ਲਿਆ ਕੇ ਦਿੱਤੀ ਸੀ। ਅਤੇ ਇੱਕ ਭਰਾ ਆ ਅਤੇ ਇੱਕ ਆ ਪਾ ਪਾ ਕੇ ਹੁਣ ਫਲੀਆਂ ਦੇ ਵਿੱਚ ਬਾਹਰ ਲੈ ਕੇ ਜਾਣ ਦੇ ਨੇ, ਅਤੇ ਥੋੜ੍ਹੀ ਜਿਹੀ ਰਹਿ ਗਈ ਹੈ, ਅਤੇ ਕਾਫੀ ਸਾਰੀ ਲੈ ਗਏ ਨੇ ਬਾਹਰ। ਅਤੇ ਹੁਣ ਚੱਲਦੇ ਪਏ ਹਾਂ ਬਾਹਰ, ਅਤੇ ਬਾਹਰ ਜਿਵੇਂ ਹੁਣ ਤੁਹਾਨੂੰ ਵਿਖਾਉਂਦੇ ਹਾਂ ਜਿਵੇਂ ਵਿੱਚ ਵਿੱਚ ਸਿੱਟਣ ਲਏ ਆ। ਅਤੇ ਆਹ ਥ੍ਰੈਸ਼ਰ ਲੱਗੀ ਹੋਈ ਆ, ਅਤੇ ਇੱਥੇ ਆ ਸਰੋਂ ਸਿੱਟਣ ਦੇ ਆ ਸ਼ਾਪਰ 'ਤੇ ਲਿਆ ਕੇ, ਅਤੇ ਆ ਇੱਕ ਭਰਾ ਚੁੱਕ ਚੁੱਕ ਕੇ ਵਿੱਚ ਸਿੱਟਣ ਦਿਆ ਆ। ਆਹ ਗੱਡੀ ਦੇ ਨਾਲ ਥ੍ਰੈਸ਼ਰ ਲੱਗੀ ਹੋਈ ਆ, ਪਸੰਦ ਆਈ ਹੋਵੇ ਤਾਂ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਓ। ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਅੱਲਾਹ ਹਾਫਿਜ਼।